ISCV ਗੱਡੀਆਂ ਚੁੱਕਣ, ਗੱਡੀ ਚੁੱਕਣ, ਗੱਡੀਆਂ ਨਹੀਂ ਸਿਰਫ ਗੱਡੀ। ਸੌਰੀ ਉਹ ਹਲਕਾ ਜਿਹਾ ਮੇਰਾ ਵਿਆਕਰਨ ਦਾ ਹੱਥ ਹਲਕਾ ਟਾਈਟ ਹੈਗਾ। ਇੱਕ ਮਿੰਟ ਮਾਈਕ ਹੁਣੇ ਨਿਕਲੇਗਾ, ਰੁਕੋ ਮਾਈਕ ਹੈ। सो वेलकम बैक टू अनदर व्लॉग। वीर जी इधर जम्मू ही रहते ने, तो इन्होंने वीर जी के घर असी रात रुके से। इन्होंने काफ़ी मतलब वधिया हमने सवेरे अपना लंगर भी इन्होंने घर ही छकिया वीर जी के। साडा कश्मीर का लास्ट ब्लॉग हो सकता है, बट ए शाम तक अपडेट पता लगेगा, क्योंकि आप तीन चार बार कह चुके होंगे पहले कि यह लास्ट है, लास्ट है, बट सानू पता नहीं कि आप किधर निकल जाते हैं। हमने जे हमने भी वैसे आप दिल्ली पहुँचन लगे होंगे, जो कल राती साड़ी बस ना छुटती, इस टाइम असी दिल्ली पहुँचन लगे होंगे, बट लेट हो गए थे, ता करके फिर सानू जम्मू ही रुकना पे। और सवेरे असी बस फड़नी सी 5 बजे की, जो कि असी 5 बजे भी नहीं पाए, तो इस टाइम 9 बज रहे ने, 9:30 बज रहे ने। हाँ जी, जे आप जम्मू रुकने कोई आप और कोई प्लेस एक्सप्लोर कर लीए, तो आप शायद एक या दो जगह जाओगे। एक तो साड़ी कन्फर्म हैगी जिहड़ा एक पैलेस हैगा इधर, जो कि आप फोटो देखे थे, बड़ा काफ़ी सोहना सीगा, क्योंकि हम वापसी तो आप जा नहीं सकते इस टाइम, क्योंकि हम सानू ना बस नहीं मिलनी ना कुछ, रात ही मिलेगा जो भी मिलेगा, तो हम साढ़े को पूरा दिन है आज। बाकी असं ट्राई करा कि असी अज रात वापसी दिल्ली बस से निकल जाइए रात की बस तो। बाकी कुछ नहीं पता, क्योंकि काफ़ी दिन हो गए ने सानू, अज ऑलमोस्ट साडा ਗੱਡੀ ਚੁੱਕਣ, ਗੱਡੀਆਂ ਨਹੀਂ ਸਿਰਫ ਗੱਡੀ। ਸੌਰੀ ਉਹ ਹਲਕਾ ਜਿਹਾ ਮੇਰਾ ਵਿਆਕਰਨ ਦਾ ਹੱਥ ਹਲਕਾ ਟਾਈਟ ਹੈਗਾ, ਕਿਉਂਕਿ ਪਾਰਕਿੰਗ ਦੇ ਵਿੱਚ ਨਾ ਤੁਸੀਂ ਦੇਖੋਗੇ ਗੱਡੀ ਫਸੀ ਹੋਈ ਹੈ। ਅਸੀਂ ਗੱਡੀ ਕੱਢਣੀ ਹੈ ਓਵਲੀ ਦਾ ਸਕੋਰਪੀਓ 1, ਸਕੋਰਪੀਓ ਕਾਲੀ ਵਾਲੀ, ਤੇ ਇੱਥੇ ਐਵਲੀ ਗੱਡੀ ਖੜੀ ਹੈ, ਗੱਡੀ ਖੜੀ ਹੈ, ਦੋ ਗੱਡੀਆਂ ਖੜੀਆਂ ਨੇ। ਦੋ ਗੱਡੀਆਂ ਦੇ ਮਾਲਕਾਂ ਦਾ ਨਾਲ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਭਾਈ ਸਾਹਿਬ, ਅਗਰ ਮੇਰੀ ਆਵਾਜ਼ ਆਪ ਜੀ ਤੱਕ ਆ ਰਹੀ ਹੈ, ਕਿਰਪਾ ਕਰਕੇ ਗੱਡੀ ਕੱਢਣ ਦੀ ਕਿਰਪਾਲਤਾ ਕਰਨੀ। ਉਹ ਜਦੋਂ ਤੱਕ ਇਹ ਵੀਡੀਓ ਪਏਗੀ ਨਾ, ਉਦੋਂ ਤੱਕ ਤਾਂ ਉਹ ਕਸ਼ਮੀਰ ਦੀ ਕੰਨਿਆ ਕੁਮਾਰੀ ਪਹੁੰਚ ਜਾਣਗੇ ਉਦੋਂ ਤੱਕ। ਇਹ ਗੁਸ਼ਕਸ਼ਨੀ ਸਿੰਘ ਜੀ ਸਾਨੂੰ ਬੁਲਾ ਰਹੇ ਨੇ, ਤੇ ਆਓ ਦੇਖੋ ਅਸੀਂ ਖੁਸ਼ਨੀਤ ਵੀਰ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਆਓ ਦੇਖੋ ਕੀ ਕਰੋਗੇ ਆਪ ਜੀ। ਮੈਂ ਕਹਿਣਾ ਚਾਹੂੰਗਾ ਕਿ ਦਰਸ਼ਨ ਕਰਨ ਲਈ ਚੱਲਦੇ ਆਓ। ਕਿੱਧਰ ਦੇ ਦਰਸ਼ਨ? A few minutes later ਸਾਨੂੰ ਉਹਨੇ ਪਤਾ ਚੱਲਿਆ ਕਿ ਇਹ ਜਿਹੜੀ ਗੱਡੀ ਹੈ, ਘੱਟੋ ਘੱਟ 4 ਦਿਨ ਹੋ ਗਏ, ਤੇ 4 ਦਿਨ ਤੋਂ ਇੱਥੇ ਇਹ ਗੱਡੀ ਖੜੀ ਹੈ, ਤੇ ਹੁਣ ਅਸੀਂ ਇਹਨੂੰ ਖੋਲ ਤਰੁਣ ਗੁਪਤਾ ਦੀ ਹੈ, ਡੀਜ਼ਲ ਹੈ ਗੱਡੀ, 2007 ਦਾ ਮਾਡਲ ਹੈ, 2007 ਦਾ ਮਾਡਲ ਹੈ, ਤੇ ਗੁਰਦੁਆਰੇ ਸਾਹਿਬ 'ਚ ਇਹ ਗੱਡੀ ਦੰਦ ਤੁਸੀਂ ਦੇਖ ਸਕਦੇ ਹੋ, ਸਿਗਰਟ ਵਗੈਰਾ ਹੀ ਪਈ ਹੋਈ ਹੈ, ਤੇ 4 ਦਿਨ ਤੋਂ ਬੰਦਾ ਗੱਡੀ ਲੈਣ ਨਹੀਂ ਆਇਆ, ਭਾਈ ਸਾਹਿਬ ਜੀ ਦਾ ਕਹਿਣਾ ਜੋ ਉੱਥੇ ਦੇ ਭਾਈ ਸਾਹਿਬ ਨੇ, ਤੇ ਹੁਣ ਆਪਣੀ ਕਿਹੜੀ ਡੀਜ਼ਲ ਹੈ ਪੈਟਰੋਲ ਹੈ? ਅਰੇ ਡੀਜ਼ਲ ਪੈਟਰੋਲ ਦਾ ਕੀ ਕਰਨਾ ਯਾਰ, ਗੱਡੀ ਕੱਢੋ। ਇਹ ਦੇਖੋ ਇਹ ਡੀਜ਼ਲ ਹੈ, ਇਹ ਪੈਟਰੋਲ ਹੈ। ਸੋ ਇਹ ਵੀਡੀਓ ਪ੍ਰੋਫੈਸ਼ਨਲ ਲੱਗੇ ਨੇ, ਅਵਲ ਵੀ ਜੀ ਜਿਹੜੇ ਆਪਣੇ ਨਾਲ ਆਏ ਨੇ, ਇਹਨਾਂ ਨੇ ਬੜੇ ਗੇਟ ਖੋਲੇ ਨੇ, ਇਹਨਾਂ ਨੇ ਘਰ ਦੇ ਗੇਟ ਵੀ ਖੋਲੇ ਨੇ, ਤੇ ਗੱਡੀਆਂ ਦੇ ਗੇਟ ਵੀ ਖੋਲੇ ਨੇ ਚਾਬੀ ਦੇ ਨਾਲ, ਚਾਬੀ ਦੇ ਨਾਲ, ਬਿਨਾਂ ਚਾਬੀ ਦੇ ਖੋਲੇ ਨੇ। ਕਿਆ ਕਰਨਾ? ਜਿਹੜੀ ਗੱਡੀ ਤੁਹਾਡੀ ਹੈ? ਨਹੀਂ ਤਾਂ ਕਿਹਦੀ ਹੈ ਫਿਰ? ਮੈਨੂੰ ਨਹੀਂ ਪਤਾ ਬਾਈ, ਸਾਰੇ ਮਨਾ ਕਰ ਰਹੇ ਆ, ਜਿਹੜੇ ਇਧਰੋਂ ਨਿਕਲ ਰਹੇ ਸਾਰੇ ਮਨਾ ਕਰ ਰਹੇ, ਮੇਰੀ ਨਹੀਂ ਹੈ, ਮੇਰੀ ਨਹੀਂ ਹੈ, ਕਿਉਂਕਿ ਤੇ ਹੁਣੇ ਸੂਤਰਾਂ ਦੇ ਵੱਲੋਂ ਖਬਰ ਆਈ ਹੈ ਕਿ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਗੱਡੀ ਦਾ ਮਾਲਕ ਸਾਨੂੰ ਮਿਲ ਚੁੱਕੇ ਨੇ, ਤੇ ਆਉਣ ਵਾਲੇ ਆਈ ਥਿੰਕ 10 ਮਿੰਟ ਦੇ ਵਿੱਚ ਵਿੱਚ ਆਪ ਜੀ ਦੇ ਸਾਹਮਣੇ ਇਹ ਗੱਡੀ ਚੁੱਕ ਕੇ ਸਾਈਡ ਕਰ ਦਿੱਤੀ ਜਾਏਗੀ, ਤੇ ਇਹ ਦੂਜੀ ਜਿਹੜੀ ਗੱਡੀ ਸਾਡੀ ਜਿਹੜੀ ਫਸੀ ਹੋਈ ਹੈ ਇਹਨੂੰ ਅਸੀਂ ਕੱਢ ਕੇ ਬਾਹਰ ਲੈ ਕੇ ਆਵਾਂਗੇ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜੁੜਦੇ ਰਹੋ, ਦਾਸ ਗਗਨਦੀਪ ਸਿੰਘ ਖੁਸ਼ੀ ਦਿੱਲੀ ਦਿੱਲੀ, ਦਾਸ ਗਗਨਦੀਪ ਸਿੰਘ PTC TV ਤੋਂ ਅੱਜ ਆਪ ਜੀ ਦੇ ਸਾਡੇ ਨਾਲ ਵੀਰ ਜੁੜ ਚੁੱਕੇ ਨੇ। ਵੀਰ ਜੀ, ਆਪ ਜੀ ਦਾ ਨਾਮ ਕੀ ਹੈਗਾ? ਮੇਰਾ ਨਾਮ ਗੁਰਸ਼ਰਨ ਸਿੰਘ। ਗੁਰਸ਼ਰਨ ਸਿੰਘ ਜੀ ਨਾਮ ਹੈਗਾ ਇਹਨਾਂ ਦਾ, ਪਲੀਜ਼ ਮੈਨੂੰ ਮਾਈਕ ਦੇ ਦਿਓ ਵਾਹਿਗੁਰੂ, ਮਾਈਕ ਦੇ ਬਿਨਾਂ ਲੈਣਾ ਔਖਾ ਕੰਮ।
ਬੜੀ ਮਿਹਨਤ ਕੀਤੀ ਹੈ ਗੱਡੀ ਦਾ ਪਤਾ ਕਰਨ ਲਈ, ਮਾਲਿਕ ਕੌਣ ਹੈਗਾ ਤੇ ਅੱਜ ਉਹਦੇ ਬਾਰੇ ਦੱਸਣ ਜਾਓਗੇ ਕਿੱਦਾਂ ਕੀ ਆਪ ਜੀ ਸਟੈਪ ਚੁੱਕੇ ਜੀ ਤੇ ਅੱਜ ਨੂੰ ਪਤਾ ਲੱਗਿਆ ਇਸ ਬਾਰੇ ਵੀਰ ਜੀ ਗਏ ਸੀਗੇ ਤੇ ਹੁਣ ਲੱਭ ਕੇ ਲੈ ਕੇ ਆ ਗਏ ਮਾਈਕ ਹੈ ਵੀਰ ਜੀ ਸਾਡਾ ਮਾਈਕ ਬਣਾ ਗੱਡੀ ਇਧਰ ਵਿੱਚ ਕਿਉਂ ਛੱਡ ਕੇ ਗਏ ਨੇ ਅੱਜ ਸਾਡੇ ਨਾਲ ਜੁੜੇ ਰਹੋ ਪੀਟੀਸੀ ਨਿਊਜ਼ ਦਿੱਲੀ ਤੁਹਾਨੂੰ ਦੱਸ ਦਈਏ ਗੱਡੀ ਐਵਲੀ ਨਹੀਂ ਹੱਟ ਰਹੀ ਗੱਡੀ ਹੱਟ ਰਹੀ ਹੈ ਓਵਲੀ ਤੇ ਗੱਡੀ ਹੁਣ ਸਾਨੂੰ ਐ ਟੇਢੀ ਕਰਕੇ ਤਿਰਛੀ ਕੱਢਣੀ ਪੈ ਗਈ ਤਰੈਨ ਨਹੀਂ ਗੱਡੀ ਦਾ ਪਤਾ ਚੱਲ ਚੁੱਕਾ ਹੈ ਗੱਡੀ ਹੈ ਵੀਰ ਜੀ ਦੀ ਗੱਡੀ ਹੈਗੀ ਸੀਗੀ ਸੋ ਵੀਰ ਜੀ ਆ ਗਏ ਨੇ ਹੁਣ ਸਾਡੀ ਗੱਡੀ ਆਰਾਮ ਨਾਲ ਨਿਕਲ ਪਾਏਗੀ ਇੱਧਰੋਂ ਵੀਰ ਜੀ ਆਪਣੀ ਡਿਊਟੀ 'ਤੇ ਸੀਗੇ ਅਤੇ ਉਹ ਵੀਰ ਜੀ ਨੂੰ ਲੱਭ ਕੇ ਲੈ ਕੇ ਆਏ ਅਤੇ ਵੀਰ ਜੀ ਮਿਲ ਗਏ ਹੁਣ ਵੀਰ ਜੀ ਗੱਡੀ ਪਿੱਛੇ ਕਰਨਗੇ ਤਾਂ ਹੁਣ ਐਂ ਨਿਕਲੇਗੀ ਕਿਵੇਂ ਦਾ ਲੱਗ ਰਿਹਾ ਹੁਣ ਗੱਡੀ ਨਿਕਲਣ ਲੱਗੀ ਹੈ ਬਹੁਤ ਹੀ ਇੱਕ ਸਾਰੀ ਸੰਗਤ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਚਾਰੋਂ ਪਾਸੇ ਆਪ ਵੀ ਦੇਖ ਸਕਦੇ ਜਿੱਦਾਂ ਤਾਲੀਆਂ ਦੀ ਗੂੰਜ ਆਉਂਦੀ ਪਈ ਹੈ ਤਾਲੀਆਂ ਦੀ ਗੂੰਜ ਦੇ ਵਿੱਚ ਅਸੀਂ ਖੜੇ ਹਾਂ ਇੱਥੇ ਚਾਰੋਂ ਦੇਖ ਸਿੱਧਾ 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 ਅਸੀਂ ਹੁਣ ਆ ਗਏ ਹਾਂ ਜ਼ੂ ਆ ਗਏ ਹਾਂ ਉਹ ਤੇ ਜਗ੍ਹਾ ਬੰਦ ਸੀਗੀ ਜਸਟ ਉਹ ਪੈਲੇਸ ਦੇ ਬਿਲਕੁਲ ਸਾਹਮਣੇ ਹੀ ਇੱਕ ਜ਼ੂ ਹੈਗਾ ਸੀਗਾ ਅਤੇ ਅਸੀਂ ਵੀਜ਼ੇ ਨੂੰ ਪੁੱਛਿਆ ਉੱਥੇ ਹੈ ਕੀ ਜੰਗਲ ਕੈਟ ਇੱਕ ਕੈਟ ਉਹ ਲਿਟੀ ਤੁਹਾਨੂੰ ਨਜ਼ਰ ਆ ਰਹੀ ਦੇਖੋ ਗੱਬਰੂ ਹੀ ਮਾਈ ਨੇਮ ਇਜ਼ ਗੱਬਰੂ ਇੱਥੇ ਗੱਬਰੂ ਰਹਿੰਦਾ ਔਰ ਗੱਬਰੂ ਤੁਹਾਨੂੰ ਦਿਖਾਦਾ ਗੱਭਰੂ ਘੁੰਮਦਾ ਪਿਆ ਅੰਦਰ ਹੈ ਕੀ ਹੈ ਲੈਪਰਡ ਆ ਗਿਆ ਜੀ ਕਿੰਨਾ ਮਜ਼ਾ ਆ ਰਿਹਾ ਨਾ ਦੇਖ ਕੇ ਉਹ ਬੰਦਾ ਥੋੜ੍ਹਾ ਐਕਟਿਵ ਹੈ ਉਹਨੂੰ ਲੱਗ ਰਿਹਾ ਉਹਦੀ ਕੋਈ ਮੀਟਿੰਗ ਚੱਲ ਰਹੀ ਮੀਟਿੰਗ ਦੇ ਵਿੱਚ ਉਹਦੇ ਪੈਸੇ ਪੂਸੇ ਫਸੇ ਆ ਕਿਤੇ ਪਿਛਲੇ ਸਾਲ ਲੜਾਈ ਹੋ ਗਈ ਸੀਗੀ ਤੇ ਇਹਨਾਂ ਨੇ ਆਪਣੀ ਅਲੱਗ ਪਾਰਟੀ ਬਣਾਈ ਹੈ ਕਬੂਤਰ ਨਾਲ ਇਕਦਮ ਨਵਜੋਤ ਸਿੰਘ ਸਿੱਧੂ ਵਰਗੇ ਹੈਗੇ ਨੇ ਜਿੱਧਰ ਵੀ ਮੌਕਾ ਮਿਲਦਾ ਉਧਰ ਚਲੇ ਜਾਂਦੇ ਨੇ ਹੁਣ ਦੇਖੋ ਪੀਕੋਕ ਦਾ ਕੋਈ ਮਤਲਬ ਹੈਗਾ ਪੀਜਨ ਨਾਲ ਨਹੀਂ ਨਾ ਫਿਰ ਵੀ ਚੱਲੇ ਗਏ ਦੇਖੋ ਬੜੀ ਉੱਪਰ ਦੀ ਗੱਲ ਹੈ ਤੁਹਾਨੂੰ ਸਮਝ ਨੀ ਲੱਗਣੀ ਹੈ
इन्ने दिन तो बाहर का कुछ खादा नहीं सीगा ते हुण आपां मंगाया वीर जी ऐदा लग रहा है वीर जी दी अपनी शॉप होए ते वीर जी जिदा लगा के देंदे है ना सारा चटनियां पा के ਸਾਪਾ 2-3 ਘੰਟੇ ਬਾਅਦ ਰੈਸਟ ਕੀਤਾ ਤੇ ਹੁਣ ਆਪਾਂ ਆਏ ਆਂ ਵੀਰ ਜੀ ਦੇ ਘਰੇ ਕਿਹੜੇ ਵੀਰ ਜੀ ਦੇ ਐਵਲੇ ਵੀਰ ਜੀ ਦੇ ਘਰੇ ਐ ਵੀਰ ਜੀ ਦੇ ਘਰੇ ਆ ਗਏ ਅਸੀਂ ਤੈਨੂੰ ਮਿਲੋ ਆਪ ਜੀ ਵੀਰ ਜੀ ਨੇ ਸਾਨੂੰ ਜੁਆਇਨ ਕੀਤਾ ਹੈ ਜੰਮੂ ਤੋਂ ਜੁਆਇਨ ਕੀਤਾ ਹੁਣ ਵੀਰ ਜੀ ਸਾਨੂੰ ਲੈ ਕੇ ਜਾ ਰਹੇ ਨੇ ਮਾਰਕੀਟ ਵਗੈਰਾ ਥੋੜਾ ਘੁਮਾਣ ਫਿਰਾਂ ਲੈ ਕੇ ਜਾ ਰਹੇ ਨਾ ਵੀਰ ਜੀ ਹਾਂ ਬਿਲਕੁਲ ਚਲੋ ਹੁਣ ਕਾਫੀ ਆ ਗਏ अपने प्रधान साहब है ते आपां हुण वापसी दिल्ली बस से भी निकलना एक घंटे बाद 8:30 बज रहे ने 9 बजे दी साड़ी बस वाली फ्लाइट है ईरानी चाप है जी इस चाप का नाम ईरानी चाप ते है मलाई चाप ते है गुरशरण जी जी ਹੁਣ ਆਪਾਂ ਨਿਕਲ ਰਹੇ ਹਾਂ ਬਸ ਆ ਗਈ ਸਾਡੀ ਤੇ ਥੋੜੇ ਛੇਤੀ ਕਰਨਾ ਠੀਕ ਹੈ ਜੀ ਓਕੇ ਵੀਰ ਜੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮਿਲਦੇ ਹਾਂ ਵੀਰ ਜੀ ਠੀਕ ਹੈ ਜੀ ਚੰਗਾ ਵੀਰ ਜੀ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਵੀਰ आखरी व्लॉग होएगा वधिया तरीके नाल एंड करो जी पूरी सीरीज ਬਲੌਗ ਇੱਧਰ ਹੀ ਐਂਡ ਕਰਦੇ ਹਾਂ।